50,000 ਦੀ ਜਿਹੜੀ ਜਾਇਦਾਦ ਹੈ ਫਰੀਜ਼ ਕੀਤਾ ਗਿਆ। ਲੋਨ ਹਾਸਲ ਕਰ ਸਕੇਗੀ ਅਤੇ ਨਾ ਹੀ ਇਹ ਵੇਚ ਸਕੇਗੀ। ਜੀ ਸਰ, ਜੋ ਅੱਜ ਕੀ ਮਸਲਾ ਸੀ ਜੋ ਪ੍ਰਾਪਰਟੀ ਫਰੀਜ਼ ਕੀਤੀ ਹੈ? ਮਾਣਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਣਯੋਗ DGP ਸਾਹਿਬ ਪੰਜਾਬ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਮੁਹਿੰਮ ਚਲਾਈ ਹੋਈ ਹੈ। ਉਸ ਮੁਹਿੰਮ ਦੇ ਤਹਿਤ ਜਿਹੜੇ ਨਸ਼ਾ ਸਮੱਗਲਰ ਨੇ ਉਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਦੇ ਹੋਏ ਉਹਨਾਂ ਵੱਲੋਂ ਪਿਛਲੇ 5 ਸਾਲਾਂ ਦੇ ਵਿੱਚ ਜਿਹੜੀ ਨਸ਼ਿਆਂ ਨੂੰ ਵੇਚ ਕੇ ਜਾਇਦਾਦ ਬਣਾਈ ਗਈ ਹੈ ਉਹਨੂੰ ਜਿਹੜਾ ਹੈਗਾ ਉਹਦੇ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਪਾਸ ਭੇਜ ਕੇ ਅਤੇ ਉਹਨੂੰ ਪ੍ਰੋਪਰਟੀ ਨੂੰ ਜਿਹੜਾ ਹੈਗਾ ਸੀਜ਼ ਕਰਵਾਇਆ ਜਾ ਰਿਹਾ। ਜਿਸ ਦੀ ਲੜੀ ਦੇ ਵਿੱਚ ਅੱਜ ਜਿਹੜਾ ਹੈਗਾ ਮੈਂ ਆਦਰਸ਼ ਨਗਰ ਸ਼੍ਰੀ ਮੁਕਤਸਰ ਸਾਹਿਬ ਪਹੁੰਚ ਕੇ ਇੱਥੇ ਮਨਜੂਰਾ ਦੇਵੀ ਉਰਫ ਮੂਲੀ ਪਤਨੀ ਰਸੀਦ ਖਾਨ ਦੀ ਜਿਹੜੀ ਹੈ ਪ੍ਰੋਪਰਟੀ ਜਿਹੜੀ ਜਿਸ ਦੇ ਖਿਲਾਫ਼ ਜਿਹੜੇ ਕਮਰਸ਼ੀਅਲ ਕੁਆਂਟਿਟੀ ਦੇ NDPS ਐਕਟ ਦੇ ਕਈ ਮੁਕੱਦਮੇ ਦਰਜ ਹੈ ਜਿਨ੍ਹਾਂ ਦੇ ਵਿੱਚ ਇਹਦੀ ਪ੍ਰੋਪਰਟੀ ਸੰਬੰਧੀ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਪਾਸ SHO ਸਿਟੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਭੇਜਿਆ ਗਿਆ ਸੀਗਾ। ਜਿਸ ਦੇ ਵਿੱਚ ਆਰਡਰ ਪ੍ਰਾਪਤ ਹੋਣ 'ਤੇ ਇਸ ਦੀ 57,50,000 ਦੀ ਜਿਹੜੀ ਜਾਇਦਾਦ ਹੈ ਜੋ ਇਹਨੇ ਨਸ਼ਿਆਂ ਦੀ ਤਸਕਰੀ ਕਰਕੇ ਬਣਾਈ ਹੈ ਉਹਨੂੰ ਅੱਜ ਉਹਦੇ ਘਰ ਦੇ ਅੱਗੇ ਨੋਟਿਸ ਲਾ ਕੇ ਅਤੇ ਇਹਨੂੰ ਨੋਟਿਸ ਮੋਹਤਬਰ ਬੰਦਿਆਂ ਦੀ ਹਾਜ਼ਰੀ ਦੇ ਵਿੱਚ ਨੋਟਿਸ ਤਕਸੀਮ ਕਰਕੇ ਫਰੀਜ਼ ਕੀਤਾ ਗਿਆ ਅਤੇ ਇਹ ਜਿਹੜੀ ਪ੍ਰੋਪਰਟੀ ਹੁਣ ਫਰੀਜ਼ ਹੋ ਚੁੱਕੀ ਹੈ। ਇਸ ਦੇ ਸੰਬੰਧੀ ਨਾ ਤਾਂ ਇਹ ਲੋਨ ਹਾਸਲ ਕਰ ਸਕੇਗੀ ਅਤੇ ਨਾ ਹੀ ਇਹ ਵੇਚ ਸਕੇਗੀ। ਇਸ ਦੇ ਸੰਬੰਧ ਦੇ ਵਿੱਚ ਮੈਂ ਜਿਹੜੀ ਹੈ ਆਮ ਜਿਹੜੇ ਨਸ਼ਾ ਸਮੱਗਲਰ ਹੈ ਉਹਨਾਂ ਨੂੰ ਮਾਣਯੋਗ SSP ਸਾਹਿਬ ਸ਼੍ਰੀ ਭਾਗੀਰਥ ਸਿੰਘ ਮੀਨਾ SSP ਸਾਹਿਬ ਸ਼੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਸਖ਼ਤ ਤਾੜਨਾ ਕਰਦਾ ਕਿ ਜਾਂ ਤਾਂ ਇਹ ਨਸ਼ਾ ਤਸਕਰੀ ਦਾ ਧੰਦਾ ਛੱਡ ਦੇਣ ਅਤੇ ਨਹੀਂ ਇਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਨੇ ਉਹਨਾਂ ਨੂੰ ਇਸੇ ਤਰ੍ਹਾਂ ਹੀ ਆਈਡੈਂਟੀਫਾਈ ਕਰਕੇ ਸੀਜ਼ ਕਰਾਇਆ ਜਾਏਗਾ ਅਤੇ ਇਹਨਾਂ ਦੇ ਖਿਲਾਫ਼ ਬਣਦੀ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 50,000 ਦੀ ਜਿਹੜੀ ਜਾਇਦਾਦ ਹੈ ਫਰੀਜ਼ ਕੀਤਾ ਗਿਆ। ਲੋਨ ਹਾਸਲ ਕਰ ਸਕੇਗੀ ਅਤੇ ਨਾ ਹੀ ਇਹ ਵੇਚ ਸਕੇਗੀ। ਜੀ ਸਰ, ਜੋ ਅੱਜ ਕੀ ਮਸਲਾ ਸੀ ਜੋ ਪ੍ਰਾਪਰਟੀ ਫਰੀਜ਼ ਕੀਤੀ ਹੈ? ਮਾਣਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਣਯੋਗ DGP ਸਾਹਿਬ ਪੰਜਾਬ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਮੁਹਿੰਮ ਚਲਾਈ ਹੋਈ ਹੈ। ਉਸ ਮੁਹਿੰਮ ਦੇ ਤਹਿਤ ਜਿਹੜੇ ਨਸ਼ਾ ਸਮੱਗਲਰ ਨੇ ਉਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਦੇ ਹੋਏ ਉਹਨਾਂ ਵੱਲੋਂ ਪਿਛਲੇ 5 ਸਾਲਾਂ ਦੇ ਵਿੱਚ ਜਿਹੜੀ ਨਸ਼ਿਆਂ ਨੂੰ ਵੇਚ ਕੇ ਜਾਇਦਾਦ ਬਣਾਈ ਗਈ ਹੈ ਉਹਨੂੰ ਜਿਹੜਾ ਹੈਗਾ ਉਹਦੇ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਪਾਸ ਭੇਜ ਕੇ ਅਤੇ ਉਹਨੂੰ ਪ੍ਰੋਪਰਟੀ ਨੂੰ ਜਿਹੜਾ ਹੈਗਾ ਸੀਜ਼ ਕਰਵਾਇਆ ਜਾ ਰਿਹਾ। ਜਿਸ ਦੀ ਲੜੀ ਦੇ ਵਿੱਚ ਅੱਜ ਜਿਹੜਾ ਹੈਗਾ ਮੈਂ ਆਦਰਸ਼ ਨਗਰ ਸ਼੍ਰੀ ਮੁਕਤਸਰ ਸਾਹਿਬ ਪਹੁੰਚ ਕੇ ਇੱਥੇ ਮਨਜੂਰਾ ਦੇਵੀ ਉਰਫ ਮੂਲੀ ਪਤਨੀ ਰਸੀਦ ਖਾਨ ਦੀ ਜਿਹੜੀ ਹੈ ਪ੍ਰੋਪਰਟੀ ਜਿਹੜੀ ਜਿਸ ਦੇ ਖਿਲਾਫ਼ ਜਿਹੜੇ ਕਮਰਸ਼ੀਅਲ ਕੁਆਂਟਿਟੀ ਦੇ
NDPS ਐਕਟ ਦੇ ਕਈ ਮੁਕੱਦਮੇ ਦਰਜ ਹੈ ਜਿਨ੍ਹਾਂ ਦੇ ਵਿੱਚ ਇਹਦੀ ਪ੍ਰੋਪਰਟੀ ਸੰਬੰਧੀ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਪਾਸ SHO ਸਿਟੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਭੇਜਿਆ ਗਿਆ ਸੀਗਾ, ਜਿਸ ਦੇ ਵਿੱਚ ਆਰਡਰ ਪ੍ਰਾਪਤ ਹੋਣ 'ਤੇ ਇਸ ਦੀ 57,50,000 ਦੀ ਜਿਹੜੀ ਜਾਇਦਾਦ ਹੈ ਜੋ ਇਹਨੇ ਨਸ਼ਿਆਂ ਦੀ ਤਸਕਰੀ ਕਰਕੇ ਬਣਾਈ ਹੈ ਉਹਨੂੰ ਅੱਜ ਉਹਦੇ ਘਰ ਦੇ ਅੱਗੇ ਨੋਟਿਸ ਲਾ ਕੇ ਅਤੇ ਇਹਨੂੰ ਨੋਟਿਸ ਬਹੁਤ ਵਾਰ ਬੰਦਿਆਂ ਦੀ ਹਾਜ਼ਰੀ ਦੇ ਵਿੱਚ ਨੋਟਿਸ ਤਕਸੀਮ ਕਰਕੇ ਫਰੀਜ਼ ਕੀਤਾ ਗਿਆ ਅਤੇ ਇਹ ਜਿਹੜੀ ਪ੍ਰੋਪਰਟੀ ਹੁਣ ਫਰੀਜ਼ ਹੋ ਚੁੱਕੀ ਹੈ। ਇਸ ਦੇ ਸੰਬੰਧੀ ਨਾ ਤਾਂ ਇਹ ਲੋਨ ਹਾਸਲ ਕਰ ਸਕੇਗੀ ਅਤੇ ਨਾ ਹੀ ਇਹ ਵੇਚ ਸਕੇਗੀ। ਇਸ ਦੇ ਸੰਬੰਧ ਦੇ ਵਿੱਚ ਮੈਂ ਜਿਹੜੀ ਹੈ ਆਮ ਜਿਹੜੇ ਨਸ਼ਾ ਸਮਗਲਰ ਹੈ ਉਹਨਾਂ ਨੂੰ ਮਾਣਯੋਗ SSP ਸਾਹਿਬ ਸ਼੍ਰੀ ਭਾਗੀਰਥ ਸਿੰਘ ਮੀਨਾ SSP ਸਾਹਿਬ ਸ਼੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਸਖਤ ਤਾੜਨਾ ਕਰਦਾ ਕਿ ਜਾਂ ਤਾਂ ਇਹ ਨਸ਼ਾ ਤਸਕਰੀ ਦਾ ਧੰਦਾ ਛੱਡ ਦੇਣ ਅਤੇ ਨਹੀਂ ਇਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਨੇ ਉਹਨਾਂ ਨੂੰ ਇਸੇ ਤਰ੍ਹਾਂ ਹੀ ਆਈਡੈਂਟੀਫਾਈ ਕਰਕੇ ਸੀਜ਼ ਕਰਾਇਆ ਜਾਏਗਾ ਅਤੇ ਇਹਨਾਂ ਦੇ ਖਿਲਾਫ਼ ਬਣਦੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।